ਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ, ਅੱਜ ਅਸੀਂ ਤੁਹਾਡੇ ਸਾਹਮਣੇ ਵਿਰਾਸਤ ਸੰਧੂ ਦੇ ਗਾਏ ਅਤੇ ਰਾਜ ਲੈਲਾਂ ਵਾਲੇ ਦੇ ਲਿਖੇ ਗੀਤ ਹੱਥ ਜੋੜੇ ਉੱਪਰ ਚਾਨਣਾ ਪਾਵਾਂਗੇ। ਇਸ ਗੀਤ ਵਿੱਚ ਪੰਜਾਬ ਦੇ ਇਤਿਹਾਸ ਅਤੇ ਅੱਜ ਦੀ ਦੂਰਦਰਸ਼ਾ ਨੂੰ ਬੜੀ ਬਖੂਬੀ ਨਾਲ ਪੇਸ਼ ਕੀਤਾ ਗਿਆ। ਇਸ ਗੀਤ ਵਿੱਚ ਪੰਜਾਬ ਦੇ ਉਸ ਸੂਰਮੇ ਜਰਨਲ ਜੋਰਾਵਰ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਮਾਸ ਦੁਸ਼ਮਣ ਖਰੀਦ ਕੇ ਆਪਣੇ ਘਰ ਲੈ ਗਏ ਸਨ। ਕੌਣ ਸਨ ਇਹ ਜਰਨਲ ਜੋਰਾਵਰ ਸਿੰਘ? ਅਤੇ ਨਾਲ ਹੀ ਗੱਲ ਕਰਾਂਗੇ ਗੀਤ ਵਿੱਚ ਆਏ ਸੋਹਣ ਸਿੰਘ ਸੀਤਲ, ਮੱਸਾ ਰੰਗੜ, ਗਰਜਾ ਅਤੇ ਬੋਤਾ ਸਿੰਘ ਅਤੇ ਜ਼ਕਰੀਆ ਖਾਨ ਬਾਰੇ। ਇਸ ਗੀਤ ਵਿੱਚ ਇਤਿਹਾਸ ਦੇ ਨਾਲ ਸਾਡੇ ਅੱਜ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਵੇਂ ਕਿ ਪੰਜਾਬ ਯੂਨੀਵਰਸਿਟੀ, ਜਿਸ ਉੱਤੇ ਪੰਜਾਬ ਦਾ ਹੱਕ ਹੈ, ਸੈਂਟਰ ਸਰਕਾਰ ਆਪਣੇ ਅੰਡਰ ਕਰਨਾ ਚਾਹੁੰਦੀ ਹੈ। ਇਸ ਮੁੱਦੇ ਬਾਰੇ ਬਹੁਤ ਘੱਟ ਲੋਕ ਜਾਣੂ ਹਨ। ਅਸਲ ਵਿੱਚ ਇਹ ਮੁੱਦਾ ਹੈ ਕਿ ਇਸ ਬਾਰੇ ਵੀ ਅਸੀਂ ਵੀਡੀਓ ਦੇ ਅੱਗੇ ਗੱਲ ਕਰਾਂਗੇ। ਸੋ ਹੁਣ ਬਿਨਾਂ ਸਮਾਂ ਬਰਬਾਦ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ। ਪੰਤੇ ਚਰਨਲ ਜੋਰਾਵਰ ਸਿੰਘ ਜੇ ਜਿਉਂਦੇ ਵਿਕੇ ਨਹੀਂ ਉਹ ਮਰੇ ਪਏ ਦਿੱਖਦੇ। ਦੋਸਤੋ, ਇਹਨਾਂ ਲਾਈਨਾਂ ਵਿੱਚ ਪੰਜਾਬ ਦੇ ਉਸ ਸੂਰਵੀਰ ਯੋਧੇ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਖਾਲਸਾ ਰਾਜ ਨੂੰ ਲੇਹ ਲਦਾਖ ਪਾਰ ਕਰਕੇ ਚੀਨ ਤੱਕ ਪਹੁੰਚਾਉਣ ਦੇ ਲਈ ਆਪਣੀ ਜ਼ਿੰਦਗੀ ਦੇ ਲਗਭਗ 30 ਸਾਲ -45 ਡਿਗਰੀ ਸੈਲਸੀਅਸ ਵਿੱਚ ਕੱਢੇ ਸਨ। ਜਰਨਲ ਜੋਰਾਵਰ ਸਿੰਘ ਜੀ ਨੇ ਸਿਰਫ 17 ਸਾਲ ਦੀ ਉਮਰ ਦੇ ਵਿੱਚ 3 ਸ਼ੇਰਾਂ ਦਾ ਸ਼ਿਕਾਰ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਜਰਨਲ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਮੈਂਬਰ ਸਨ। 12 ਦਸੰਬਰ 1841 ਨੂੰ, ਜਦ 3 ਦਹਾਕਿਆਂ ਬਾਅਦ ਜਰਨਲ ਜੋਰਾਵਰ ਸਿੰਘ ਆਪਣੇ 2000 ਸਾਥੀਆਂ ਦੇ ਨਾਲ ਲੇਹ ਲਦਾਖ, ਕਾਰਗਿਲ ਅਤੇ ਮਾਨ ਸਰੋਵਰ ਨੂੰ ਜਿੱਤ ਕੇ ਵਾਪਸ ਆ ਰਹੇ ਸਨ, ਤਦ ਉਹਨਾਂ ਉੱਪਰ ਇਹਨਾਂ ਹਾਰੀਆਂ ਹੋਈਆਂ ਰਿਆਸਤਾਂ ਦੇ ਸਾਰੇ ਸੈਨਿਕਾਂ ਨੇ ਇਕੱਠੇ ਹੋ ਕੇ ਧੋਖੇ ਨਾਲ ਹਮਲਾ ਕਰ ਦਿੱਤਾ। ਇੱਕ ਪਾਸੇ ਦੁਸ਼ਮਣਾਂ ਦੇ 60,000 ਸੈਨਿਕ ਅਤੇ ਦੂਜੇ ਪਾਸੇ ਥੱਕੇ, ਕਮਜ਼ੋਰ ਅਤੇ ਫੱਟੜ 2000 ਸਿੰਘਾਂ ਵਿਚਕਾਰ ਬੜਾ ਭਿਆਨਕ ਯੁੱਧ ਹੋਇਆ। ਇਸ ਯੁੱਧ ਵਿੱਚ ਜਰਨਲ ਜੋਰਾਵਰ ਸਿੰਘ ਨੇ ਅਜਿਹੇ ਜੌਹਰ ਦਿਖਾਏ ਕਿ ਉਹਨਾਂ ਸਾਹਮਣੇ ਸ਼ੇਰ ਵੀ ਬਿੱਲੀ ਵਾਂਗ ਪ੍ਰਤੀਤ ਹੋ ਰਹੀ ਸੀ। ਇਸ ਯੁੱਧ ਵਿੱਚ ਜਰਨਲ ਜੋਰਾਵਰ ਸਿੰਘ ਬੜੀ ਬਹਾਦਰੀ ਨਾਲ ਲੜੇ, ਪਰ ਅਫਸੋਸ, ਹਜ਼ਾਰਾਂ ਦੀ ਗਿਣਤੀ ਵਿੱਚ ਵਿਰੋਧੀਆਂ ਦਾ ਖਾਤਮਾ ਕਰ ਜਰਨਲ ਜੋਰਾਵਰ ਸਿੰਘ ਪਹਿਲਾਂ ਪੱਟ ਵਿੱਚ ਗੋਲੀ ਲੱਗਣ, ਫਿਰ ਛਾਤੀ ਵਿੱਚ ਵਰਸ਼ਾ ਅਤੇ ਬਾਅਦ ਵਿੱਚ ਤੀਰ ਵੱਜਣ ਕਾਰਨ ਤਿੱਬਤ ਦੀਆਂ ਬਰਫੀਲੀਆਂ ਪਹਾੜੀਆਂ ਵਿੱਚ ਸ਼ਹੀਦ ਹੋ ਗਏ। ਜੋਰਾਵਰ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੀ ਲਾਸ਼ ਲਿਜਾਣ ਲਈ ਦੁਸ਼ਮਣ ਫੌਜ ਦੇ ਕਬੀਲਿਆਂ ਵਿੱਚ ਲੜਾਈ ਹੋ ਪਈ। ਦਰਅਸਲ ਵਿੱਚ ਤਿੱਬਤੀ ਲੋਕਾਂ ਵਿੱਚ ਸ਼ੇਰ ਦੇ ਮਾਸ ਦੀ ਖਾਸ ਜਗ੍ਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਘਰ ਵਿੱਚ ਸ਼ੇਰ ਦਾ ਮਾਸ ਰੱਖਿਆ ਜਾਵੇ ਤਾਂ ਉਸ ਘਰ ਵਿੱਚ ਜਵਾਕ ਬਹਾਦਰ ਜੰਮਦੇ ਹਨ। ਜੰਗ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਜਰਨਲ ਜੋਰਾਵਰ ਸਿੰਘ ਲੜੇ ਸਨ, ਉਹ ਵੀ ਕਿਸੇ ਸ਼ੇਰ ਨਾਲੋਂ ਘੱਟ ਨਹੀਂ ਸਨ। 3-4 ਘੰਟੇ ਦੀ ਲੜਾਈ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਕਬੀਲਾ ਇਸ ਲਾਸ਼ ਦਾ ਵੱਧ ਮੁੱਲ ਲਾਵੇਗਾ, ਲਾਸ਼ ਉਸਦੀ ਹੋਵੇਗੀ। ਇਸ ਤਰ੍ਹਾਂ ਦੋ ਕਬੀਲਿਆਂ ਨੇ ਲਾਸ਼ ਖਰੀਦੀ ਅਤੇ ਉਹਨਾਂ ਦਾ ਮਾਸ ਕਿਲੋਆਂ ਦੇ ਹਿਸਾਬ ਨਾਲ ਤੱਕੜੀ ਵਿੱਚ ਪਾ ਕੇ ਵੇਚਿਆ ਗਿਆ। ਅੱਜ ਦੇ ਸਮੇਂ ਅਨੁਸਾਰ ਦੇਖਿਆ ਜਾਵੇ ਤਾਂ ਉਸ ਵੇਲੇ ਉਹਨਾਂ ਦੇ 1 ਕਿਲੋ ਮਾਸ ਦੀ ਕੀਮਤ 22,000 ਤੋਂ 25,000 ਦੱਸੀ ਜਾਂਦੀ ਹੈ। ਉਹਨਾਂ ਦਾ 1-1 ਵਾਲ ਅੱਜ ਦੇ 1200 ਰੁਪਏ ਦੇ ਹਿਸਾਬ ਨਾਲ ਵੇਚਿਆ ਗਿਆ ਸੀ। ਉਹਨਾਂ ਦੇ 1 ਹੱਥ ਨੂੰ ਬਚਾ ਕੇ ਉਸਦੀ ਸਮਾਧ ਵੀ ਬਣਾਈ ਗਈ ਸੀ। ਅੱਜ ਵੀ ਜਦ ਕੋਈ ਤਿੱਬਤੀ ਕੁੜੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਨੂੰ ਢੋਲ ਵਜਾ ਕੇ ਇਸ ਥਾਂ 'ਤੇ ਲਿਆਇਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਘਰ ਜੰਮਣ ਵਾਲਾ ਜਵਾਕ ਵੀ ਜਰਨਲ ਜੋਰਾਵਰ ਸਿੰਘ ਵਰਗਾ ਬਹਾਦਰ ਹੋਵੇ। ਦੋਸਤੋ, ਜਿੱਥੇ ਜਰਨਲ ਜੋਰਾਵਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਸ਼ਹੀਦੀਆਂ ਪਾਈਆਂ ਸਨ, ਉਸ ਥਾਂ 'ਤੇ ਇੱਕ ਝੀਲ ਵੀ ਬਣ ਚੁੱਕੀ ਹੈ। ਇਹ ਝੀਲ ਉੱਤਰਾਖੰਡ ਤੋਂ 1600 ਫੁੱਟ ਦੀ ਉਚਾਈ 'ਤੇ ਹੈ। ਇਸ ਝੀਲ ਦਾ ਨਾਮ ਹੈ ਰੂਪਕੁੰਡ ਝੀਲ। ਇਸ ਝੀਲ ਦੀ 2 ਮੀਟਰ ਦੀ ਡੂੰਘਾਈ 'ਤੇ ਮਨੁੱਖਾਂ ਦੀਆਂ ਖੋਪੜੀਆਂ, ਲੱਤਾਂ, ਬਾਹਾਂ, ਘੋੜਿਆਂ ਦੇ ਪਿੰਜਰ, ਜੰਗ ਦੇ ਹਥਿਆਰ ਜਿਵੇਂ ਕਿ ਵਰਸ਼ੇ ਆਦਿ ਮਿਲਦੇ ਹਨ। ਇਸ ਝੀਲ ਨੂੰ ਦੁਨੀਆ ਵਿੱਚ ਲੇਕ ਆਫ ਸਕੈਲਟਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਤੁਸੀਂ ਇਸ ਨੂੰ ਗੂਗਲ ਉੱਪਰ ਵੀ ਚੈੱਕ ਕਰ ਸਕਦੇ ਹੋ। ਸੋ ਦੋਸਤੋ, ਇਸੇ ਕਰਕੇ ਗੀਤਕਾਰ ਜੋਰਾਵਰ ਸਿੰਘ ਲਈ ਇਹ ਤੁੱਕਾਂ ਵਰਤਦਾ ਹੈ ਕਿ ਜਿਉਂਦੇ ਜੀ ਨਹੀਂ ਵਿਕੇ ਪਰ ਮਰ ਕੇ ਵਿਕ ਗਏ। ਹੁਣ ਗੱਲ ਕਰਦੇ ਹਾਂ ਗੀਤ ਦੀ ਅਗਲੀ ਲਾਈਨ ਬਾਰੇ। ਨਹੀਂ ਉਹ ਮੱਸੇ ਰੰਗੜ ਤੋਂ ਘੱਟ ਬਾਬੇ ਮਿੱਤਰੋ, ਜਿਹੜੇ ਕੁੜੀਆਂ ਨਾਲ ਚੜ੍ਹ ਕੇ ਸਟੇਜੀ ਨੱਚਦੇ। ਗੀਤਕਾਰ ਸਟੇਜਾਂ 'ਤੇ ਚੜ੍ਹ ਕੇ ਕੁੜੀਆਂ ਨਾਲ ਨੱਚਣ ਵਾਲੇ ਬਾਬਿਆਂ ਨੂੰ ਮੱਸਾ ਰੰਗੜ ਦੱਸਦਾ ਹੈ। ਇੱਥੇ ਮੱਸਾ ਰੰਗੜ ਹੈ ਕੌਣ? ਅਸੀਂ ਇਸ ਬਾਰੇ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ। ਦੋਸਤੋ, 1739 ਵਿੱਚ ਮਸਾਊਦੀਨ, ਜਿਸ ਨੂੰ ਮੱਸੇ ਰੰਗੜ ਵਜੋਂ ਵੀ ਜਾਣਦੇ ਹਾਂ, ਨੇ ਹਰਿਮੰਦਰ ਸਾਹਿਬ ਦੀ ਬੜੀ ਬੇਅਦਬੀ ਕੀਤੀ ਸੀ।
ਉਸਨੇ ਸਰੋਵਰ ਨੂੰ ਮਿੱਟੀ ਚਿੱਕੜ ਹੱਡੀਆਂ ਨਾਲ ਭਰ ਦਿੱਤਾ ਅਤੇ ਦਰਬਾਰ ਸਾਹਿਬ ਦੇ ਅੰਦਰ ਪਲੰਘ ਢਾ ਕੇ ਬੈਠ ਗਿਆ। ਉਸਨੇ ਦਰਬਾਰ ਸਾਹਿਬ ਵਿੱਚ ਸ਼ਰਾਬਾਂ ਪੀਣੀਆਂ, ਪਾਨ ਖਾ ਕੇ ਥੁੱਕਣਾ, ਵੈਸ਼ਵਾ ਦੇ ਨਾਚ ਕਰਾਉਣੇ ਸ਼ੁਰੂ ਕੀਤੇ। ਜਦ ਇਸ ਗੱਲ ਦਾ ਪਤਾ ਸਿੰਘਾਂ ਨੂੰ ਲੱਗਿਆ ਤਾਂ ਉਹਨਾਂ ਨੇ ਇਸ ਦਾ ਬਦਲਾ ਵੀ ਲਿਆ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਇਸ ਬੇਅਦਬੀ ਦਾ ਬਦਲਾ ਮੱਸੇ ਦਾ ਸਿਰ ਵੱਢ ਕੇ ਲਿਆ। ਇਸੇ ਕਰਕੇ ਹੀ ਸ਼ਰਾਬਾਂ ਪੀ ਕੇ ਸਟੇਜਾਂ ਉੱਪਰ ਚੜ੍ਹ ਕੇ ਆਪਣੀਆਂ ਧੀਆਂ ਭੈਣਾਂ ਨਾਲ ਨੱਚਣ ਵਾਲਿਆਂ ਨੂੰ ਮੱਸਾ ਰੰਗੜ ਕਹਿਣਾ ਕੋਈ ਵੱਡੀ ਗੱਲ ਨਹੀਂ। ਹੁਣ ਗੱਲ ਕਰਦੇ ਹਾਂ ਗੀਤ ਦੀ ਅਗਲੀ ਲਾਈਨ ਬਾਰੇ। ਦੇਖੀ ਸੋਹਣ ਸਿੰਘ ਸੀਤਲ ਨੂੰ ਪੜ੍ਹ ਕੇ ਜੇ ਸ਼ੱਕ ਹੋਇਆ ਸਾਡੀਆਂ ਜ਼ਮੀਰਾਂ ਉੱਤੇ ਆ। ਦੋਸਤੋ, ਸੋਹਣ ਸਿੰਘ ਸੀਤਲ ਪੰਜਾਬ ਦੇ 20ਵੀਂ ਸਦੀ ਦੇ ਇੱਕ ਮਹਾਨ ਲਿਖਾਰੀ ਅਤੇ ਢਾਡੀ ਸਨ। ਸੋਹਣ ਸਿੰਘ ਜੀ ਨੇ ਕਈ ਮਹਾਨ ਲਿਖਤਾਂ ਜਿਵੇਂ ਕਿ ਸਿੱਖ ਰਾਜ ਕਿਵੇਂ ਬਣਿਆ, ਦੁਖੀਏ ਮਾਂ ਪੁੱਤ, ਸਿੱਖ ਮਿਸਲਾਂ ਅਤੇ ਸਰਦਾਰ ਘਰਾਣੇ ਆਦਿ ਲਿਖੀਆਂ। ਸੋਹਣ ਸਿੰਘ ਜੀ ਵੱਲੋਂ ਲਿਖੇ ਨਾਵਲ ਜੱਗ ਬਦਲ ਗਿਆ ਨੂੰ 1974 ਵਿੱਚ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ। ਦੋਸਤੋ, ਜਿਸ ਆਦਮੀ ਨੇ ਸੋਹਣ ਸਿੰਘ ਸੀਤਲ ਜੀ ਦੀਆਂ ਲਿਖਤਾਂ ਪੜ੍ਹ ਲਈਆਂ ਉਹਨਾਂ ਨੂੰ ਸਿੱਖਾਂ ਦੀਆਂ ਜ਼ਮੀਰਾਂ ਉੱਪਰ ਕੋਈ ਸ਼ੱਕ ਨਹੀਂ ਰਹਿਣਾ। ਤੁਸੀਂ ਸੋਹਣ ਸਿੰਘ ਸੀਤਲ ਜੀ ਦੀਆਂ ਵਾਰਾਂ ਯੂਟਿਊਬ ਉੱਪਰ ਵੀ ਸੁਣ ਸਕਦੇ ਹੋ। 23 ਸਤੰਬਰ 1998 ਨੂੰ ਸੋਹਣ ਸਿੰਘ ਜੀ 90 ਸਾਲ ਦੀ ਉਮਰ ਦੇ ਨਜ਼ਦੀਕ ਸਾਨੂੰ ਸਦੀਵੀ ਵਿਛੋੜਾ ਦੇ ਗਏ। ਵੀਡੀਓ ਦੇ ਅੱਗੇ ਗੀਤ ਵਿੱਚ ਆਏ ਗਰਜਾ ਅਤੇ ਬੋਤਾ ਸਿੰਘ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਗੀਤ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨਾਲ ਜੁੜੀਆਂ ਲਾਈਨਾਂ ਬਾਰੇ ਦੱਸ ਦਿੰਦੇ ਹਾਂ। ਦੇਖਿਓ, ਪੰਜਾਬੀਓ, ਸੁੱਤੇ ਨਾ ਰਹਿ ਜਾਇਓ, PU ਦਾ ਪੰਜਾਬ ਬਿਨਾਂ ਨਹੀਂ ਉਸਾਰਨਾ। ਦੋਸਤੋ, ਇੱਥੇ PU ਵਿੱਚ ਸੈਨੇਟ ਦੀਆਂ ਵੋਟਾਂ ਨੂੰ ਲੈ ਕੇ ਚੱਲ ਰਹੇ ਮੁੱਦੇ ਦੀ ਗੱਲ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ PU ਅਤੇ ਇਸ ਦੇ ਅੰਡਰ ਜਿੰਨੇ ਵੀ ਕਾਲਜ ਆਉਂਦੇ ਹਨ ਉਹਨਾਂ ਸਭ ਦੇ ਸਰਵਉੱਚ ਫੈਸਲਿਆਂ ਦੀ ਪਾਵਰ ਸੈਨੇਟ ਦੇ ਕੋਲ ਹੁੰਦੀ ਹੈ। ਸੈਨੇਟ ਦੀਆਂ ਵੋਟਾਂ ਹਰ 4 ਸਾਲ ਬਾਅਦ ਹੁੰਦੀਆਂ ਹਨ। ਐਤਕੀ ਸੈਨੇਟ ਦੀਆਂ ਵੋਟਾਂ 31 ਅਕਤੂਬਰ 2020 ਨੂੰ ਹੋਣੀਆਂ ਸਨ, ਪਰ ਵਾਈਸ ਚਾਂਸਲਰ ਦੇ ਵੱਲੋਂ ਇਹ ਵੋਟਾਂ ਵਾਰ ਵਾਰ ਰੱਦ ਕਰਵਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਇੱਕ ਮੰਤਰੀ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਸੈਨੇਟ ਨੂੰ ਰੱਦ ਵੀ ਕਰਵਾ ਸਕਦੇ ਹਨ। ਜੇਕਰ ਸੈਨੇਟ ਰੱਦ ਕਰ ਦਿੱਤੀ ਗਈ ਤਾਂ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿੱਚ ਬੋਰਡ ਆਫ ਗਵਰਨਰ ਬਣਾਏ ਜਾਣਗੇ ਜਿਹੜੇ ਕਿ ਕੇਂਦਰ ਸਰਕਾਰ ਵੱਲੋਂ ਚੁਣੇ ਜਾਣਗੇ। ਇਸ ਤਰ੍ਹਾਂ ਕੇਂਦਰ ਸਰਕਾਰ ਸਿੱਧਾ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਵਿੱਚ ਕਰਨ ਜਾ ਰਹੀ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕਈ ਪਿੰਡ ਉਜਾੜ ਕੇ ਬਣਾਈ ਗਈ ਸੀ, ਪਰ ਪੰਜਾਬ ਯੂਨੀਵਰਸਿਟੀ ਜੋ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿਚਾਲੇ ਇੱਕ ਆਖਰੀ ਕੜੀ ਹੈ ਜਿਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪੰਜਾਬ ਦੀ ਜਵਾਨੀ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ ਉਹਨੂੰ ਹੀ ਸਾਡੇ ਕੋਲੋਂ ਖੋਇਆ ਜਾ ਰਿਹਾ। ਇਸੇ ਕਰਕੇ ਕਾਲਜ ਦੇ ਸਟੂਡੈਂਟਾਂ ਅਧਿਆਪਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ, ਪਰ ਘੱਟ ਗਿਣਤੀ ਹੋਣ ਕਰਕੇ ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਇਸ ਲਈ ਸਾਨੂੰ ਇਸ ਪ੍ਰੋਟੈਸਟ ਦਾ ਹਿੱਸਾ ਬਣਨਾ ਚਾਹੀਦਾ। ਜੇਕਰ ਅਸੀਂ ਅੱਜ ਪੰਜਾਬ ਯੂਨੀਵਰਸਿਟੀ ਨਾਮ ਬਚਾਈ ਤਾਂ ਕੱਲ੍ਹ ਨੂੰ ਉਹ ਦਿਨ ਦੂਰ ਨਹੀਂ ਜਦ ਪੰਜਾਬ ਨੂੰ ਮਾਝਾ, ਮਾਲਵਾ ਅਤੇ ਦੁਆਬੇ ਵਿੱਚ ਵੰਡ ਦਿੱਤਾ ਜਾਵੇਗਾ। ਲੱਖਾਂ ਜ਼ਕਰੀਆ ਖਾਨ ਤੁਰੇ ਫਿਰਦੇ, ਨਾ ਕਿਤੇ ਗਰਜਾ ਅਤੇ ਬੋਤਾ ਸਿੰਘ ਦਿਸਦੇ। ਦੋਸਤੋ, 18ਵੀਂ ਸਦੀ ਦੇ ਦੌਰਾਨ ਜ਼ਕਰੀਆ ਖਾਨ ਨੇ ਆਪਣੀ ਹਕੂਮਤ ਵਿੱਚ ਇੱਕ ਚਿੱਠੀ ਲਿਖ ਕੇ ਭੇਜੀ ਅਤੇ ਐਲਾਨ ਕੀਤਾ ਕਿ ਸਿੰਘਾਂ ਦੇ ਕਤਲ ਕਰਨ ਵਾਲੇ, ਲੁੱਟ ਖਸੁੱਟ ਕਰਨ ਵਾਲੇ ਅਤੇ ਉਹਨਾਂ ਦਾ ਟਿਕਾਣਾ ਦੱਸਣ ਵਾਲੇ ਨੂੰ ਭਾਰੀ ਇਨਾਮ ਦਿੱਤੇ ਜਾਣਗੇ। ਇਸ ਚਿੱਠੀ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ, ਸਿੱਖ ਬੀਬੀਆਂ ਅਤੇ ਸਿੱਖ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਦੀ ਵਜ੍ਹਾ ਕਾਰਨ ਕਈ ਸਿੱਖ ਬਚ ਕੇ ਜੰਗਲਾਂ ਵਿੱਚ ਰਹਿਣ ਲੱਗੇ। ਜ਼ਕਰੀਆ ਖਾਨ ਦਾ ਜ਼ੁਲਮ ਸਿੱਖਾਂ ਨੂੰ ਉਹਨਾਂ ਦੇ ਗੁਰੂ ਨਾਲ ਪਿਆਰ ਨੂੰ ਖਤਮ ਨਾ ਕਰ ਸਕਿਆ। ਆਪਣੇ ਗੁਰੂ ਦੀ ਖਿੱਚ ਕਾਰਨ ਕਈ ਸਿੰਘ ਬਚ ਕੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਨ ਜਾਂਦੇ। ਇਹਨਾਂ ਸਿੰਘਾਂ ਵਿੱਚੋਂ ਬੋਤਾ ਸਿੰਘ ਅਤੇ ਗਰਜਾ ਸਿੰਘ ਵੀ ਸ਼ਾਮਿਲ ਸਨ। ਉਹ ਰਾਤ ਨੂੰ ਸਫ਼ਰ ਕਰਦੇ ਅਤੇ ਦਿਨੇ ਝਾੜੀਆਂ 'ਚ ਲੁੱਕ ਕੇ ਰਹਿੰਦੇ। ਇੱਕ ਦਿਨ ਬੋਤਾ ਸਿੰਘ ਅਤੇ ਗਰਜਾ ਸਿੰਘ ਝਾੜੀਆਂ 'ਚ ਲੁਕੇ ਹੋਏ ਸਨ ਤਾਂ ਉਹਨਾਂ ਦੇ ਕੋਲ ਦੀ ਦੋ ਮੁਸਾਫਰ ਲੰਘੇ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਝਾੜੀਆਂ 'ਚ ਕੋਈ ਲੁਕਿਆ ਲੱਗਦਾ, ਸ਼ਾਇਦ ਇਹ ਸਿੱਖ ਹੀ ਨਾ ਹੋਣ, ਤਾਂ ਦੂਜੇ ਨੇ ਜਵਾਬ ਦਿੱਤਾ ਕਿ ਜ਼ਕਰੀਆ ਖਾਨ ਨੇ ਤਾਂ ਸਾਰੇ ਸਿੱਖ ਖਤਮ ਕਰ ਦਿੱਤੇ ਹਨ, ਪਰ ਫਿਰ ਵੀ ਜੇ ਕੋਈ ਬਚਿਆ ਹੈ ਤਾਂ ਉਹ ਲੁਕੇ ਨਹੀਂ ਰਹਿੰਦੇ, ਕਿਉਂਕਿ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਸਿਖਾਇਆ ਹੈ, ਨਾ ਕਿ ਭੱਜਣਾ। ਬੋਤਾ ਅਤੇ ਗਰਜਾ ਸਿੰਘ ਨੇ ਇਹ ਸਭ ਸੁਣਿਆ ਅਤੇ ਉਹ ਝਾੜੀਆਂ 'ਚੋਂ ਬਾਹਰ ਨਿਕਲ ਕੇ ਕਹਿਣ ਲੱਗੇ ਕਿ ਅਸੀਂ ਖਾਲਸੇ ਹਾਂ, ਹਕੂਮਤ ਸਾਡੇ ਗਲ ਵੜਦੀ ਥੱਕ ਜਾਵੇਗੀ, ਪਰ ਸਿੰਘ ਕਦੇ ਖਤਮ ਨਹੀਂ ਹੋ ਸਕਦੇ। ਇਸ ਸਭ ਤੋਂ ਬਾਅਦ ਬੋਤਾ ਸਿੰਘ ਅਤੇ ਗਰਜਾ ਸਿੰਘ ਇਹ ਸਿੱਖ ਜ਼ਕਰੀਆ ਖਾਨ ਨਾਲ ਟੱਕਰ ਲੈਣ ਲਈ ਲਾਹੌਰ ਤੋਂ ਦਿੱਲੀ ਵੱਲ ਜਿਹੜੀ ਜਰਨੈਲੀ ਸੜਕ ਜਾਂਦੀ ਸੀ ਉੱਥੇ ਨਾਕਾ ਲਾ ਕੇ ਬੈਠ ਗਏ। ਉਹ ਹਰ ਆਉਂਦੇ ਜਾਂਦੇ ਤੋਂ ਟੈਕਸ ਲੈਣ ਲੱਗੇ। ਉਹਨਾਂ ਨੇ ਖਾਲਸ ਦਾ ਝੰਡਾ ਲਹਿਰਾ ਕੇ ਅਤੇ ਟੈਕਸ ਵਸੂਲ ਕਰਕੇ ਇੱਕ ਆਜ਼ਾਦ ਰਾਜ ਦਾ ਐਲਾਨ ਕਰ ਦਿੱਤਾ। ਇਸ ਦੀ ਖਬਰ ਜਦ ਜ਼ਕਰੀਆ ਖਾਨ ਨੂੰ ਲੱਗੀ ਤਾਂ ਉਸਨੇ ਆਪਣੇ ਸਭ ਤੋਂ ਤਾਕਤਵਰ 100 ਸੈਨਿਕ ਜੰਗੀ ਹਥਿਆਰ ਦੇ ਕੇ ਇਹਨਾਂ ਦੋ ਸਿੰਘਾਂ ਨਾਲ ਟਾਕਰਾ ਲੈਣ ਲਈ ਭੇਜ ਦਿੱਤੇ।
ਸਿਰਫ ਦੋ ਸਿੱਖਾਂ ਲਈ 100 ਸੈਨਿਕਾਂ ਦਾ ਭੇਜਣਾ ਇਹ ਦੱਸਦਾ ਹੈ ਕਿ ਜ਼ਕਰੀਆ ਖਾਨ ਸਿੱਖਾਂ ਤੋਂ ਕਿੰਨਾ ਡਰਦਾ ਸੀ। ਬੋਤਾ ਸਿੰਘ ਅਤੇ ਗਰਜਾ ਸਿੰਘ ਨੇ ਡਟ ਕੇ ਇਹਨਾਂ ਸੈਨਿਕਾਂ ਦਾ ਮੁਕਾਬਲਾ ਕੀਤਾ ਅਤੇ ਬਿਨਾਂ ਕਿਸੇ ਸੈਨਿਕ ਹਥਿਆਰ ਤੋਂ 40 ਤੋਂ ਵੱਧ ਸੈਨਿਕਾਂ ਨੂੰ ਮਾਰ ਕੇ ਇਹਨਾਂ ਦੋਨਾਂ ਸਿੰਘਾਂ ਨੇ ਸ਼ਹੀਦੀਆਂ ਪਾ ਲਈਆਂ। ਬੋਤਾ ਸਿੰਘ ਅਤੇ ਗਰਜਾ ਸਿੰਘ ਦੀ ਸ਼ਹੀਦੀ ਸਾਨੂੰ ਦੱਸਦੀ ਹੈ ਕਿ ਜਦ ਗੱਲ ਗੁਰੂ ਦੀ ਜਾਂ ਫਿਰ ਅਣਖ ਦੀ ਹੋਵੇ ਤਾਂ ਸਾਹਮਣੇ ਭਾਵੇਂ ਕਿੱਡਾ ਮਰਜ਼ੀ ਤਾਕਤਵਰ ਦੁਸ਼ਮਣ ਹੋਵੇ, ਸਿੰਘ ਕਦੇ ਨਹੀਂ ਡਰਦੇ। ਜਦੋਂ 12 ਕੁ ਸਾਲਾਂ ਦਾ ਬੱਚਾ ਪਿਆ ਟੁੱਟ ਕੇ ਦੇਖ ਕੇ ਵਿਰੋਧੀਆਂ ਦੇ ਸਾਹ ਸੁੱਕ ਗਏ। ਇਹਨਾਂ ਲਾਈਨਾਂ ਵਿੱਚ ਮੋਹਾਲੀ ਦੇ ਰਹਿਣ ਵਾਲੇ ਅਭਿਜੋਤ ਸਿੰਘ ਦੀ ਗੱਲ ਕੀਤੀ ਗਈ ਹੈ। ਦੱਸ ਦਈਏ ਕਿ ਅਭਿਜੋਤ ਦੀ ਉਮਰ 12 ਸਾਲ ਦੇ ਕਰੀਬ ਹੈ ਅਤੇ ਉਹ 6ਵੀਂ ਕਲਾਸ ਦਾ ਸਟੂਡੈਂਟ ਹੈ। 17 ਜੁਲਾਈ ਨੂੰ ਚੰਡੀਗੜ੍ਹ ਵਿੱਚ ਭਾਜਪਾ ਆਗੂ ਸੰਜੇ ਟੰਡਨ ਦੇ ਵਿਰੋਧ ਦੌਰਾਨ ਕਿਸਾਨਾਂ ਦੇ ਮੋਰਚੇ ਵਿੱਚ ਅਭਿਜੋਤ ਵੀ ਸ਼ਾਮਿਲ ਸੀ। ਇਸੇ ਦੌਰਾਨ ਅਭਿਜੋਤ ਨੂੰ ਪੁਲਿਸ ਵੱਲੋਂ ਵੈਨ ਵਿੱਚ ਬਿਠਾਇਆ ਗਿਆ ਅਤੇ ਜਿਸ ਦੀ ਕਲਿੱਪ ਇੰਟਰਨੈੱਟ ਉੱਪਰ ਕਾਫੀ ਵਾਇਰਲ ਹੋਈ। ਦੋਸਤੋ, ਅਭਿਜੋਤ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਖੇਤੀ ਨਹੀਂ ਕਰਦਾ, ਪਰ ਅਭਿਜੋਤ ਦਾ ਕਹਿਣਾ ਹੈ ਕਿ ਉਹ ਜ਼ਮੀਨਾਂ ਵਾਲੇ ਨਹੀਂ ਪਰ ਜ਼ਮੀਰਾਂ ਵਾਲੇ ਜ਼ਰੂਰ ਹਨ। ਜੇਕਰ ਸਾਡੀ ਨੌਜਵਾਨ ਪੀੜ੍ਹੀ ਜਾਗੇਗੀ ਤਾਂ ਸਰਕਾਰ ਅਤੇ ਵਿਰੋਧੀਆਂ ਦੇ ਸਾਹ ਸੁੱਕਣੇ ਤਾਂ ਲਾਜ਼ਮੀ ਹਨ। ਸੋ ਇਸੇ ਕਰਕੇ ਗੀਤਕਾਰ ਗਾਉਂਦਾ ਹੈ ਕਿ ਜਦੋਂ 12 ਕੁ ਸਾਲਾਂ ਦਾ ਬੱਚਾ ਪਿਆ ਟੁੱਟ ਕੇ ਦੇਖ ਕੇ ਵਿਰੋਧੀਆਂ ਦੇ ਸਾਹ ਸੁੱਕ ਗਏ। ਇਤਿਹਾਸਿਕ ਨਿਸ਼ਾਨੀਆਂ ਨੂੰ ਢਾਈ ਜਾਂਦੇ ਨੇ ਫਿਰ ਕਹਿਣਗੇ ਪੰਜਾਬ 'ਚ ਸਰਾਭੇ ਮੁੱਕ ਗਏ। ਦੋਸਤੋ, ਇੱਥੇ ਹਾਲ ਹੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਚੱਲ ਰਹੀ ਖੁਦਾਈ ਦੇ ਦੌਰਾਨ ਇੱਕ ਪੁਰਾਤਨ ਸੁਰੰਗ ਮਿਲੀ ਹੈ। ਸਾਡੀਆਂ ਕਮੇਟੀਆਂ ਦੇ ਆਗੂ ਇਸ ਨੂੰ ਢਾਉਣ ਲਈ ਤਿਆਰ ਹਨ, ਪਰ ਕਈ ਸੂਝਵਾਨ ਬੰਦੇ ਜਿਨ੍ਹਾਂ ਨੂੰ ਇਹਨਾਂ ਪੁਰਾਤਨ ਚੀਜ਼ਾਂ ਦਾ ਅਸਲ ਮੁੱਲ ਪਤਾ, ਉਹ ਵਿਰੋਧ ਕਰ ਰਹੇ ਹਨ। ਸਾਨੂੰ ਇਹਨਾਂ ਸੁਰੰਗਾਂ ਦੀ ਚੰਗੀ ਤਰ੍ਹਾਂ ਰਿਸਰਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਾਨੂੰ ਇਸ ਦੇ ਅਸਲ ਇਤਿਹਾਸ ਬਾਰੇ ਪਤਾ ਲੱਗ ਸਕੇ। ਇਤਿਹਾਸ ਨੂੰ ਸਾਂਭਣਾ ਬੜਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਨੂੰ ਪੜ੍ਹ ਕੇ ਹੀ ਆਉਣ ਵਾਲੀ ਪੀੜ੍ਹੀ ਵਿੱਚੋਂ ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਊਧਮ ਸਿੰਘ ਪੈਦਾ ਕੀਤੇ ਜਾ ਸਕਦੇ ਹਨ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਵਾਲੀ ਘੰਟੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਜਿਸ ਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ।